ਸਤਿ ਸ੍ਰੀ ਅਕਾਲ, ਮੈਂ ਹਾਂ ਡਾਕਟਰ ਰਜਿੰਦਰ ਸਿੰਘ। ਪੰਜ ਅਪੜੇ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ। ਤਨ ਤਨ ਦੇ ਨਸ਼ਹਿਰਾ ਪੰਨੂਆਂ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਗੋਲੀਆਂ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਹਿਚਾਣ ਪਿੰਡ ਚੌਧਰੀਵਾਲ ਦੇ ਬਿੱਕਰ ਸਿੰਘ ਵਜੋਂ ਹੋਈ ਹੈ, ਜੋ ਕਿ ਨਸ਼ਹਿਰਾ ਪੰਨੂਆਂ ਦੇ ਬੱਸ ਸਟੈਂਡ ਤੇ ਖੜਾ ਸੀ ਕਿ ਇਸੇ ਦੌਰਾਨ ਹੀ ਦੋ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਮੋਟਰਸਾਈਕਲ ਤੇ ਜੋ ਉੱਥੇ ਪਹੁੰਚੇ ਸਨ ਉਹਨਾਂ ਨੇ ਗੋਲੀਆਂ ਚਲਾਈਆਂ ਅਤੇ ਬਾਅਦ ਵਿੱਚ ਫਰਾਰ ਹੋ ਗਏ। ਸਰਹਾਲੀ ਕਲਾਂ ਦੀ ਪੁਲਿਸ ਦੇ ਵੱਲੋਂ ਫਿਲਹਾਲ ਮਾਮਲਾ ਦਰਜ ਕਰਕੇ ਹੁਣ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਸਵੀਰਾਂ ਤਰਨ ਤਾਰਨ ਦੇ ਨਸ਼ਹਿਰਾ ਪੰਨੂਆਂ ਦੀਆਂ ਹਨ, ਜਿੱਥੋਂ ਦੇ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਦਾ ਬੀਤੇ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ, ਜਦ ਉਹ ਬੱਸ ਸਟੈਂਡ ਤੇ ਖੜਾ ਸੀ। ਨਸ਼ਹਿਰਾ ਪੰਨੂਆਂ ਤੇ ਬੱਸ ਸਟੈਂਡ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਸਾਰੀ ਘਟਨਾ ਸੰਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ। ਮੇਰਾ ਨਾਮ ਰਿੰਕੂ ਹੈ ਜੀ। ਹਾਂਜੀ, ਰਿੰਕੂ ਹੈ ਜੀ ਨਾਮ। ਅਤੇ ਕੀ ਗੱਲ ਹੋਈ ਹੈ ਬਾਅਦ? ਗੱਲ ਭਾਜੀ ਕੋਈ 6:30 ਵਜੇ ਕੋਈ ਲਗਭਗ ਨਸ਼ਹਿਰਾ ਬਣਵਾ ਸਾਡੇ ਵਿੱਚ ਬਿੱਕਰ ਸਿੰਘ ਆਮ ਆਦਮੀ ਪਾਰਟੀ ਦਾ ਵਰਕਰ, ਬਹੁਤ ਵਧੀਆ ਮੁੰਡਾ, ਉਹਦੇ ਪਤਾ ਨਹੀਂ ਅਚਾਨਕ ਪਿੱਛੋਂ ਕੋਈ ਆਏ ਆ ਬੰਦੇ, ਉਹਦੇ ਮਤਲਬ ਗੋਲੀਆਂ ਗਲੀਆਂ ਮਾਰ ਕੇ ਚੱਲ ਗਏ ਜੀ। ਕਿੰਨੀਆਂ ਗੋਲੀਆਂ ਵੱਜੀਆਂ ਜੀ? 3 ਗੋਲੀਆਂ ਲੱਗੀਆਂ ਜੀ। ਬਿਲਕੁਲ ਮੌਤ ਹੋ ਗਈ ਜੀ ਵੀਰ ਜੀ। ਅਤੇ ਕਿੰਨੇ ਬੱਚੇ ਵੀਰ ਦੇ? ਵੀਰ ਦੇ 2 ਗੁੱਡੀਆਂ 'ਚ, ਇੱਕ ਕਾਕਾ ਵਾ ਜੀ, ਉਹ ਵੀ 6-7 ਮਹੀਨੇ ਦਾ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਪੁਲਿਸ ਨੂੰ? ਅਸੀਂ ਜੀ ਪੁਲਿਸ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਇਹ ਚੀਜ਼ ਨੂੰ ਰੋਕਿਆ ਜਾਵੇ, ਰੋਜ਼ ਇਹ ਨਵੀਆਂ ਤੋਂ ਨਵੀਆਂ ਜਿਹੜੀਆਂ ਦੁਰਘਟਨਾ ਹੁੰਦੀਆਂ ਵਾ ਅਤੇ ਇਹਨਾਂ 'ਤੇ ਰੋਕ ਲਾਈ ਜਾਵੇ ਜੀ। ਵੀਰ ਦੀ ਕੋਈ ਲਾਗ ਲੜ ਤਾਂ ਨਹੀਂ? ਨਹੀਂ ਜੀ ਨਹੀਂ, ਕਿਸੇ ਨਾਲ ਕੋਈ ਬਹੁਤ ਪਿਆਰ ਸੀ, ਹਰ ਭੈਣ ਭਰਾਵਾਂ ਨਾਲ ਵਧੀਆ ਮਿਲਦਾ ਵਰਤਦਾ ਸੀ, ਕਿਸੇ ਨਾਲ ਮਤਲਬ ਕਦੇ ਵੱਧ ਘੱਟ ਨਹੀਂ ਹੁੰਦੀ ਕੀਤੀ ਵੀਰ ਨੂੰ। ਨਹੀਂ ਜੀ ਨਹੀਂ, ਕੋਈ ਪਤਾ ਲੱਗਾ ਜੀ। ਇਹਨੂੰ ਗੋਲੀਆਂ ਮਾਰ ਕੇ ਜਿਹੜਾ ਚਲੇ ਗਏ ਆ, ਇਹਨੂੰ ਹਸਪਤਾਲ ਲਿਆਂਦਾ ਹੈ ਗੁਰੂ ਨਾਨਕ ਹਸਪਤਾਲ, ਜਿੱਥੇ ਉਹਦੀ ਮੌਤ ਹੋ ਚੁੱਕੀ ਹੈ। ਬਾਕੀ ਸਿਵਲ ਸਾਢੇ 6 ਦੇ ਲਗਭਗ ਸੀਨੀਅਰ ਅਗਲੀ ਕਾਰਵਾਈ ਸੀਨੀਅਰ ਅਫਸਰ ਕਰਨਗੇ, ਉਹ ਦੱਸ ਸਕਦੇ ਹੋ। ਤਰਨ ਤਾਰਨ ਤੋਂ ਜਸਬੀਰ ਸਿੰਘ ਲੱਡੂ ਦੀ ਰਿਪੋਰਟ, ਪੰਜਾਬ ਟੂਡੇ।